बीती कल विजिलेंस विभाग द्वारा 15,000 रुपए रिश्वत लैण दे मामले विच सिटी 2 पुलिस स्टेशन दे एक थानेदार नूं रंगी हत्थी गिरफ्तार किया गया सी, जबकि एक थानेदार मौके तो फरार हो गया सी, जिस दे बाद अज विजिलेंस विभाग द्वारा दोषी थानेदार नूं अदालत विच पेश करके 2 दिन दा पुलिस रिमांड लै लिया गया। इस संबंधी ज्यादा जानकारी देंदे हुए विजिलेंस विभाग के DSP सुरेंद्र बांसल ने दसिया कि बरनाले के रहने वाले एक व्यक्ति गुरजीत सिंह का अपने गुआंढी के नाल लड़ाई झगड़ा चल रहा है, जिसनु लैके गुरजीत सिंह ने थाना सिटी 2 विच अपनी शिकायत दर्ज करवाई सी, जिसके बाद दोनों आरोपी थानेदारा ने उल्टा शिकायतकर्ता गुरजीत सिंह नु ही गिरफ्तार कर लिया ਅਤੇ ਉਸਦਾ ਟਰੈਕਟਰ ਵੀ ਜ਼ਬਤ ਕਰ ਲਿਆ ਗਿਆ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਦੋਨੋਂ ਥਾਣੇਦਾਰਾਂ ਦੀਆਂ ਮਿੰਨਤਾਂ ਕਰਕੇ ਮਾਮਲਾ ਨਿਪਟਾਉਣ ਦੀ ਗੱਲ ਕਹੀ, ਜਿਸ ਦੇ ਬਾਅਦ ਦੋਨੇ ਥਾਣੇਦਾਰਾਂ ਨੇ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਮਾਮਲਾ 25,000 ਵਿੱਚ ਨਿਬੜ ਗਿਆ। ਉਹਨਾਂ ਨੇ ਦੱਸਿਆ ਕਿ ਜਿਸ ਦੇ ਬਾਅਦ ਸ਼ਿਕਾਇਤਕਰਤਾ ਗੁਰਜੀਤ ਸਿੰਘ ਨੇ ਵਿਜੀਲੈਂਸ ਵਿਭਾਗ ਨੂੰ ਇਸ ਸੰਬੰਧ ਵਿੱਚ ਸੂਚਨਾ ਦਿੱਤੀ ਅਤੇ ਬੀਤੀ ਕੱਲ 15,000 ਰੁਪਏ ਰਿਸ਼ਵਤ ਲੈਂਦੇ ਹੋਏ ਇੱਕ ਥਾਣੇਦਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ, ਜਦਕਿ ਇੱਕ ਥਾਣੇਦਾਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਵਿਭਾਗ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇੱਕ ਗੁਰਜੀਤ ਸਿੰਘ ਨੇ ਕੋਈ ਇੱਥੇ ਲੋਕਲ ਉਹਨਾਂ ਦਾ ਆਪਣੇ ਗੁਆਂਢੀ ਅਮਰ ਸਿੰਘ ਨਾਲ ਕੋਈ ਜ਼ਮੀਨ ਦਾ ਝਗੜਾ ਸੀਗਾ, ਉਹਨੇ ਉਸ ਝਗੜੇ ਸੰਬੰਧੀ ਪੁਲਿਸ ਸਟੇਸ਼ਨ ਸਿਟੀ 2 ਬਰਨਾਲਾ 'ਚ ਦਰਖਾਸਤ ਦਿੱਤੀ ਤਾਂ ਉਹ ਥਾਣੇ 'ਚ ਏਸੀ ਹਾਕਮ ਸਿੰਘ ਅਤੇ ਏਸੀ ਮਨੋਹਰ ਸਿੰਘ ਜੋ ਇਹਨੂੰ ਡੀਲ ਕਰਦੇ ਸੀ ਉਹਨਾਂ ਨੇ ਇਹਦੇ ਖਿਲਾਫ਼ ਵੀ ਉਲਟਾ ਕਾਰਵਾਈ ਕਰਤੀ, ਮਦਈ ਦੇ ਖਿਲਾਫ਼ ਹੀ ਇਹਨੂੰ ਫੜ ਕੇ ਅੰਦਰ ਬੰਦ ਕਰਤਾ ਅਤੇ ਟਰੈਕਟਰ ਵੀ ਲੈ ਗਏ ਅਤੇ ਉਹਦੇ ਸੰਬੰਧੀਆਂ ਨੇ ਮਿੱਥ ਤਰਲਾ ਕੀਤਾ ਤਾਂ ਏਸੀ ਮਨੋਹਰ ਸਿੰਘ ਅਤੇ ਏਸੀ ਹਾਕਮ ਸਿੰਘ ਸਿਟੀ 2 ਬਰਨਾਲਾ ਨੇ ਇਹ ਤੋਂ 50,000 ਦੀ ਮੰਗ ਕੀਤੀ ਅਤੇ ਉਸ ਤੋਂ ਬਾਅਦ ਇਹਨੇ ਉਹਨਾਂ ਨਾਲ 25,000 ਦੀ ਦੋਨੇ ਥਾਣੇਦਾਰਾਂ ਨਾਲ ਸੈਟਿੰਗ ਕਰ ਲਈ ਮਦਈ ਗੁਰਜੀਤ ਸਿੰਘ ਨੇ। ਸੋ ਫਿਰ ਇਸਨੇ ਵਿਜੀਲੈਂਸ ਨੂੰ ਅਪਰੋਚ ਕੀਤਾ, ਸਾਡੇ ਵਿਭਾਗ ਨੂੰ ਅਸੀਂ ਸਰਕਾਰੀ ਗਵਾਹਾਂ ਦੇ ਨਾਲ ਲੈ ਕੇ ਕੱਲ੍ਹ ਅਤੇ ਸਿਟੀ 2 ਬਰਨਾਲਾ ਇਹਦੇ ਰੇਡ ਕੀਤਾ ਦੋਸ਼ੀਆਂ 'ਤੇ ਤਾਂ ਇਹ ਅਸੀਂ ਮਨੋਹਰ ਸਿੰਘ ਨੂੰ ਰੰਗੇ ਹੱਥੀਂ 15,000 ਦੀ ਰਿਸ਼ਵਤ ਲੈਂਦੇ ਸੀ ਰੈਡੈਂਡਡ ਅਰੈਸਟ ਕੀਤਾ ਅਤੇ ਹਾਕਮ ਸਿੰਘ ਫਰਾਰ ਆ ਹਲੇ, ਉਹਨੂੰ ਬਹੁਤ ਜਲਦੀ ਅਸੀਂ ਅਰੈਸਟ ਕਰ ਲਾਂਗੇ। ਬਰਨਾਲਾ ਤੋਂ PBC ਨਿਊਜ਼ ਲਈ ਪ੍ਰਵੀਨ ਰਿਸ਼ੀ ਦੀ ਰਿਪੋਰਟ।